ਸੋਸ਼ਲ ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸੈਮੀਨਾਰਸ ਦੀ ਗੱਲ ਆਪਾਂ ਕਰ ਰਹੇ ਹਾਂ ਪਿਛਲੇ ਇੱਕ ਹਫ਼ਤੇ ਤੋਂ। ਔਨ ਅ ਰੈਗੂਲਰ ਬੇਸਿਸ ਓਮ ਗਲੋਬਲ ਲੈ ਕੇ ਆ ਰਿਹਾ ਤੁਹਾਡੇ ਸਾਰਿਆਂ ਲਈ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਔਰ ਉਸ ਪੜ੍ਹਾਈ ਤੇ ਜਾਣ ਤੋਂ ਪਹਿਲਾਂ ਸਾਰੀ ਇਨਫੋਰਮੇਸ਼ਨ ਲੈਣ ਦਾ, ਸਾਰੀ ਨੌਲੇਜ ਲੈਣ ਦਾ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕੀ ਰੂਲਸ ਨੇ, ਕੀ ਰੈਗੂਲੇਸ਼ਨਸ ਨੇ, ਕੀ ਐਲੀਜੀਬਿਲਿਟੀ ਕ੍ਰਾਈਟੀਰੀਆ, ਕਿਹੜੀ ਕੰਟਰੀ ਤੁਸੀਂ ਕਿਹੜੇ ਆਇਲ ਸਕੋਰ ਨਾਲ ਜਾ ਸਕਦੇ ਹੋ, ਕਿੰਨੇ ਪਰਸੈਂਟੇਜ ਮਾਰਕਸ ਨਾਲ ਜਾ ਸਕਦੇ ਹੋ, ਕੈਨੇਡਾ ਦੇ ਕਾਲਜਸ ਦੀ ਕੀ ਰਿਕੁਆਇਰਮੈਂਟ ਹੈ, ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼ ਦੀ ਕੀ ਰਿਕੁਆਇਰਮੈਂਟ ਹੈ, ਵੀਜ਼ਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ, ਕਿਹੜੀ ਕਿਹੜੀ ਵੱਖਰੀਆਂ ਵੱਖਰੀਆਂ ਕੈਟੇਗਰੀਜ਼ ਨੇ, ਚਾਹੇ ਉਹ SSVF ਹੈ, ਚਾਹੇ ਉਹ SDS ਹੈ। ਸੋ ਹਰ ਉਸ ਤਰ੍ਹਾਂ ਦੀ ਜਾਣਕਾਰੀ, ਹਰ ਉਸ ਤਰ੍ਹਾਂ ਦਾ ਮੁੱਦਾ, ਹਰ ਉਸ ਤਰ੍ਹਾਂ ਦਾ ਕੁਐਸਚਨ ਜਿਹੜਾ ਤੁਹਾਡੇ ਜ਼ਿਹਨ 'ਚ ਆਉਂਦਾ ਜਦੋਂ ਤੁਸੀਂ ਬਾਹਰ ਪੜ੍ਹਾਈ ਕਰਨ ਬਾਰੇ ਸੋਚਦੇ ਹੋ, ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਸਟਾਰਟਿੰਗ ਫਰੋਮ ਟੁਮੋਰੋ, ਕੱਲ੍ਹ ਸੰਡੇ ਨੂੰ ਜਲੰਧਰ ਆਫਿਸ ਓਮ ਗਲੋਬਲ ਦੇ ਤੁਸੀਂ ਆ ਸਕਦੇ ਹੋ, ਆ ਕੇ ਮਿਲ ਸਕਦੇ ਹੋ, ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਕੋਈ ਵੀ ਸਟੂਡੈਂਟ ਜਿਹੜਾ ਕਿਸੇ ਵੀ ਐਮਬੈਸੀ ਤੋਂ ਰਿਫਿਊਜ਼ ਹੋਇਆ, ਖਾਸ ਸੱਦਾ ਦੇਣਾ ਚਾਹਾਂਗਾ ਉਹਨਾਂ ਸਟੂਡੈਂਟਸ ਨੂੰ ਜਿਹੜੇ ਕਿਸੇ ਵੀ ਐਮਬੈਸੀ ਤੋਂ ਵੀਜ਼ਾ ਰਿਫਿਊਜ਼ ਕਰਾ ਕੇ ਬੈਠੇ ਨੇ ਔਰ ਸਿਰਫ ਇਸ ਡਰ ਨਾਲ ਨੇ ਇਸ ਵੇਲੇ ਰਹਿ ਰਹੇ ਕਿ ਜੇ ਮੈਂ ਕਿਸੇ ਹੋਰ ਐਮਬੈਸੀ ਵੀ ਅਪਲਾਈ ਕਰੂੰਗਾ, ਜੇ ਮੈਂ ਦੁਬਾਰਾ ਵੀ ਅਪਲਾਈ ਕਰੂੰਗਾ, ਸ਼ਾਇਦ ਮੇਰੀ ਫਿਰ ਰਿਫਿਊਜ਼ਲ ਆ ਜਾਏ। ਸੋ ਕਿਤੇ ਨਾ ਕਿਤੇ ਇਹ ਡਰ ਮਨ ਚੋਂ ਕੱਢਣਾ ਪੈਣਾ, ਕਿਉਂਕਿ ਜਦੋਂ ਤੱਕ ਇਹ ਡਰ ਮਨ ਚੋਂ ਨਹੀਂ ਨਿਕਲੂਗਾ, ਉਦੋਂ ਤੱਕ ਤੁਸੀਂ ਦੁਬਾਰਾ ਵੀਜ਼ਾ ਨਹੀਂ ਅਪਲਾਈ ਕਰੋਗੇ। ਜਦੋਂ ਤੱਕ ਦੁਬਾਰਾ ਵੀਜ਼ਾ ਨਹੀਂ ਅਪਲਾਈ ਕਰੋਗੇ, ਉਦੋਂ ਤੱਕ ਦੁਬਾਰਾ ਵੀਜ਼ਾ ਮਿਲਣ ਦੇ ਚਾਂਸਸ 0% ਨੇ। ਸੋ ਵੀਜ਼ਾ ਲੈਣ ਲਈ ਵੀਜ਼ਾ ਅਪਲਾਈ ਕਰਨਾ ਪੈਂਦਾ। ਸੋ ਵੀਜ਼ਾ ਅਪਲਾਈ ਕਰਨ ਲਈ ਸਹੀ ਰਾਹ ਤੇ ਤੁਰਨਾ ਪੈਂਦਾ, ਸਹੀ ਇਨਫੋਰਮੇਸ਼ਨ ਦੇ ਨਾਲ, ਸਹੀ ਡਾਕੂਮੈਂਟੇਸ਼ਨ ਦੇ ਨਾਲ ਅੰਬੈਸੀ 'ਚ ਫਾਈਲ ਭੇਜਣੀ ਪੈਂਦੀ ਹੈ। ਬਹੁਤ ਵਾਰੀ ਹੁੰਦਾ, ਕਈ ਵਾਰੀ ਪ੍ਰੋਫਾਈਲ ਬਹੁਤ ਵਧੀਆ ਹੈ, ਕਈ ਵਾਰੀ ਪ੍ਰੋਫਾਈਲ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ, ਕੋਰਸ ਵੀ ਚੰਗਾ ਦਿੱਤਾ ਗਿਆ, ਕਾਲਜ ਯੂਨੀਵਰਸਿਟੀ ਵੀ ਚੰਗੀ ਹੈ, ਰਾਈਟ ਟਾਈਮ ਤੇ ਵੀ ਫਾਈਲ ਲੱਗੀ ਹੈ, ਬਟ ਉਹਦੇ ਬਾਵਜੂਦ ਰਿਫਿਊਜ਼ਲ ਆ ਜਾਂਦੀ ਹੈ। ਬਟ ਇਹਦੇ ਵਿੱਚ ਡਿਸਹਾਰਟਨ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ, ਇਨਫੈਕਟ ਹਾਂ ਠੀਕ ਹੈ, ਥੋੜੀ ਜਿਹੀ ਪ੍ਰੋਬਲਮ ਜ਼ਰੂਰ ਹੁੰਦੀ ਹੈ, ਦਿਲ ਦੁਖਦਾ ਕਿ ਹਾਂ ਵੀਜ਼ਾ ਰਿਫਿਊਜ਼ ਹੋ ਗਿਆ, ਬਟ ਦੁਬਾਰਾ ਰੀਅਪਲਾਈ, ਤੀਜੀ ਵਾਰੀ ਰੀਅਪਲਾਈ, ਬਹੁਤ ਸਾਰੇ ਕੇਸਿਸ ਇੱਦਾਂ ਦੇ ਨੇ ਜਿਹੜੇ ਰੀਅਪਲਾਈ ਕਰਕੇ ਵੀਜ਼ਾਸ ਲਏ ਆ, ਆਪਣੀ ਮੰਜ਼ਿਲ ਤੱਕ ਪਹੁੰਚੇ ਨੇ। ਸੋ ਡਰਨ ਦੀ ਲੋੜ ਨਹੀਂ ਹੈਗੀ, ਰੀਅਪਲਾਈ ਕਰਨ ਦੇ ਵਿੱਚ ਸੋਚਣ ਦੀ ਲੋੜ ਨਹੀਂ ਹੈਗੀ। ਹਾਂ, ਉਹਦੇ ਤੇ ਥੋੜਾ ਜਿਹਾ ਵਰਕ ਕਰ ਲਈਏ, ਥੋੜਾ ਜਿਹਾ ਹੋਮਵਰਕ ਕਰ ਲਈਏ ਦੁਬਾਰਾ ਅੰਬੈਸੀ ਨਾਲ ਮੱਥਾ ਮਾਰਨ ਤੋਂ ਪਹਿਲਾਂ ਕਿ ਕਿੱਥੇ ਸਟੈਂਡ ਕਰਦੇ ਆ, ਜਾਂ ਕੀ ਪ੍ਰੋਸੈਸ ਰਹੂਗਾ ਅੱਗੇ ਦੀ, ਜਾਂ ਕੀ ਚਾਂਸਸ ਨੇ ਅੱਗੋਂ ਵੀਜ਼ਾ ਲੈਣ ਦੇ। ਬਹੁਤ ਸਾਰੀਆਂ ਫਾਈਲਾਂ ਅਸੀਂ ਡਾਕੂਮੈਂਟਸ ਲੈ ਕੇ ਵੀਜ਼ਾ ਰਿਫਿਊਜ਼ ਸਾਡੇ ਕੋਲੋਂ ਵੀ ਹੁੰਦਾ, ਬਟ ਅਸੀਂ ਉਸ ਵੀਜ਼ਾ ਰਿਫਿਊਜ਼ਲ ਵਾਲੇ ਨੂੰ ਦੁਬਾਰਾ ਰੀਅਪਲਾਈ ਜਾਂ ਉਸ ਤੋਂ ਬਾਅਦ ਦੁਬਾਰਾ ਰੀਅਪਲਾਈ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਤਾਂ ਜੋ 10% 20% ਚਾਂਸ ਵੀ ਸਾਨੂੰ ਲੱਗਦਾ ਕਿ ਕਿਸੇ ਦਾ ਸਟੂਡੈਂਟ ਵੀਜ਼ਾ ਆਉਣ ਦਾ 10% ਚਾਂਸ ਵੀ ਹੈਗਾ, ਅਸੀਂ ਆਪਣੀ ਮਿਹਨਤ ਨਾਲ, ਰਿਸਰਚ ਨਾਲ ਉਸ ਦੀ ਡਾਕੂਮੈਂਟੇਸ਼ਨ ਇਸ ਤਰੀਕੇ ਨਾਲ ਕਰ ਦਈਏ ਕਿ ਵੀਜ਼ਾ ਆਉਣ ਦੇ ਚਾਂਸਸ ਵੱਧ ਜਾਣ, ਰਿਫਿਊਜ਼ਲ ਦੇ ਚਾਂਸਸ ਮਿਨੀਮਾਈਜ਼ ਹੋ ਜਾਣ। ਸੋ ਕੋਈ ਵੀ ਉਹ ਸਟੂਡੈਂਟ ਜਿਹੜਾ ਆਸਟ੍ਰੇਲੀਆ, ਕੈਨੇਡਾ, UK, ਮੇਜਰਲੀ ਇਹ ਕੰਟਰੀਜ਼, USA ਆਲਸੋ, ਸਿੰਗਾਪੁਰ ਆਲਸੋ, ਸਾਈਪ੍ਰਸ, ਜਰਮਨੀ, ਕਿਸੇ ਵੀ ਕੰਟਰੀ ਜਾ ਕੇ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ, ਇਨਫੋਰਮੇਸ਼ਨ ਲੈ ਲਓ, ਡਾਕੂਮੈਂਟੇਸ਼ਨ ਆਪਣੀ ਲੈ ਆਓ। ਮੈਂ ਦੁਬਾਰਾ ਫੇਰ ਕਹਿ ਰਿਹਾ ਕਿ ਜਦੋਂ ਤੁਸੀਂ ਆਪਣੇ ਕਾਗਜ਼ ਸਾਹਮਣੇ ਲੈ ਕੇ ਆਉਂਦੇ ਹੋ, ਜਦੋਂ ਤੁਸੀਂ ਡਾਕੂਮੈਂਟ ਲੈ ਕੇ ਆਉਂਦੇ ਹੋ, ਉਦੋਂ ਤੁਹਾਨੂੰ ਇੱਕ ਪਰਸਨਲਾਈਜ਼ਡ ਕਾਉਂਸਲਿੰਗ ਮਿਲ ਜਾਂਦੀ ਹੈ, ਉਦੋਂ ਤੁਹਾਨੂੰ ਐਗਜ਼ੈਕਟ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਐਕਚੁਅਲੀ ਦੇ ਵਿੱਚ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਬੈਸੀ ਦੇ ਆਹ ਵਾਲੇ ਰੂਲ ਨੇ, ਯੂਨੀਵਰਸਿਟੀ ਦੇ ਆਹ ਵਾਲੇ ਰੂਲਸ ਨੇ, ਓਕੇ ਫਾਈਨ, ਐਵਰੀਥਿੰਗ ਇਜ਼ ਓਕੇ, ਤੁਸੀਂ ਉਹਨਾਂ ਰੂਲਸ ਦੇ ਵਿੱਚ ਕਿੱਥੇ ਸਟੈਂਡ ਕਰਦੇ ਹੋ, ਇਹ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ। ਸੋ ਬ੍ਰਿੰਗ ਯੋਰ ਡਾਕੂਮੈਂਟਸ ਕੱਲ੍ਹ ਸਵੇਰੇ ਜਲੰਧਰ ਆਫਿਸ ਓਮ ਗਲੋਬਲ ਰੈਜ਼ੀਡੈਂਸੀ ਹੋਟਲ ਦੇ ਸਾਹਮਣੇ ਬੱਸ ਸਟੈਂਡ ਦੇ ਕੋਲ ਸਵੇਰੇ 11 ਵਜੇ ਸਟਾਰਟ ਕਰਾਂਗੇ ਜੀ ਸੈਮੀਨਾਰ। ਸੋ ਟਰਾਈ ਟੂ ਬੀ ਔਨ ਟਾਈਮ, ਜਿਹੜਾ ਜਿਹੜਾ ਬੰਦਾ ਇਨਫੋਰਮੇਸ਼ਨ ਲੈਣਾ ਚਾਹੁੰਦਾ, ਪਹਿਲਾਂ ਕੋਸ਼ਿਸ਼ ਕਰਾਂਗੇ ਇੱਦਾਂ ਹੀ ਇੱਕ ਜਨਰਲਾਈਜ਼ਡ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਵੇ, ਸੋ ਦੈਟ ਤੁਹਾਨੂੰ ਪਤਾ ਲੱਗ ਜੇ ਜਿਹੜੇ ਮੇਜਰ ਡਾਊਟਸ, ਜਿਹੜਾ ਸਵਾਲ ਸਾਰੇ ਜਣਿਆਂ ਦਾ ਹੁੰਦਾ, ਉਹਦੇ ਜਵਾਬ ਉਸ ਜਨਰਲਾਈਜ਼ਡ ਇਨਫੋਰਮੇਸ਼ਨ 'ਚ ਦੇਣ ਦੀ ਕੋਸ਼ਿਸ਼ ਹੋਊਗੀ। ਉਸ ਤੋਂ ਬਾਅਦ 1-on-1 ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੁਹਾਡੇ ਡਾਊਟਸ, ਤੁਹਾਡੇ ਕੁਐਸਚਨਸ ਲੈ ਕੇ, ਕੋਸ਼ਿਸ਼ ਇਹ ਹੋਊਗੀ ਕਿ ਸ਼ਾਮ ਤੱਕ ਜਦੋਂ ਤੁਸੀਂ ਘਰ ਜਾਓ, ਸੈਟਿਸਫਾਈਡ ਹੋਵੋ, ਤੁਹਾਨੂੰ ਪਤਾ ਹੋਵੇ ਕਿ ਕੀ ਡਾਕੂਮੈਂਟ, ਕੀ ਪ੍ਰੋਸੈਸ ਹੈ ਅੱਗੋਂ ਦੀ, ਔਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਫਾਈਲਿੰਗ ਕਰੋਗੇ। ਵੀਜ਼ਾ ਆਪ ਅਪਲਾਈ ਕਰ ਦਿਓ, ਕੋਈ ਔਖੀ ਵੱਡੀ ਗੱਲ ਨਹੀਂ, ਵੀਜ਼ਾ ਕਿਸੇ ਹੋਰ ਕੋਲੋਂ ਅਪਲਾਈ ਕਰਾ ਲਓ, ਕੋਈ ਵੱਡੀ ਗੱਲ ਨਹੀਂ,
ਕਿਸੇ ਤਰ੍ਹਾਂ ਦੀ ਅਪਾਇੰਟਮੈਂਟ ਦੀ ਲੋੜ ਨਹੀਂ, ਖੁੱਲਾ ਸੱਦਾ ਹਰ ਬੰਦੇ ਨੂੰ, ਕਿਸੇ ਤਰ੍ਹਾਂ ਦੀ ਇਹਦੇ ਵਿੱਚ ਫੀਸ ਦੀ ਲੋੜ ਨਹੀਂ ਕਿ ਆ ਕੇ ਫੀਸ ਦੇਣੀ ਪਊਗੀ। ਸੁਮਿਤ ਖੰਨਾ ਆਸਟ੍ਰੇਲੀਅਨ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਮਾਈਗ੍ਰੇਸ਼ਨ ਏਜੰਟ, ਅੱਗੇ ਵੀ ਦੱਸਿਆ ਕਿ ਹੀ ਇਜ਼ ਗੋਇੰਗ ਟੂ ਬੀ ਦ ਪਾਰਟ ਆਫ ਦ ਸੈਮੀਨਾਰ, ਉਹ ਉੱਥੇ ਹੋਏਗਾ, ਠੀਕ ਹੈ। ਉਹਦੇ ਨਾਲ ਤੁਸੀਂ ਕੋਈ ਵੀ ਆਸਟ੍ਰੇਲੀਆ ਦਾ ਜੇ ਕੋਈ ਮੇਰਾ ਵੀਰ ਪੁੱਛਣਾ ਚਾਹੁੰਦਾ, ਪਾਰਟਨਰ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਰਿਫਿਊਜ਼ਡ, ਉੱਥੋਂ ਦੀ ਡਿਪੈਂਡੈਂਟ ਐਪਲੀਕੇਸ਼ਨ ਲਾਈ ਹੋਈ ਆ, ਚਾਰ ਚਾਰ ਛੇ ਛੇ ਮਹੀਨੇ ਲੋਕਾਂ ਦੇ ਰਿਜ਼ਲਟ ਨਹੀਂ ਆਏ ਡਿਪੈਂਡੈਂਟ ਐਪਲੀਕੇਸ਼ਨ ਦੇ, ਉਹਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਸੋ ਐਨੀਥਿੰਗ ਐਂਡ ਐਵਰੀਥਿੰਗ ਜਿਹਦੇ ਬਾਰੇ ਤੁਸੀਂ ਰਿਲੇਟਡ ਟੂ ਸਟੂਡੈਂਟ ਵੀਜ਼ਾ, ਰਿਲੇਟਡ ਟੂ ਇੰਟਰਨੈਸ਼ਨਲ ਐਜੂਕੇਸ਼ਨ ਜਾਣਨਾ ਚਾਹੁੰਦੇ ਹੋ, ਕੱਲ੍ਹ ਦਿਨ ਐਤਵਾਰ ਸਵੇਰੇ ਜਲੰਧਰ ਆਫਿਸ ਦੇ ਵਿੱਚ ਮਿਲਦੇ ਹਾਂ ਜੀ। ਮਿਲ ਕੇ ਜੋ ਜੋ ਤੁਹਾਡੇ ਸਵਾਲ ਨੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਵਾਬ ਤੁਹਾਨੂੰ ਦਿੱਤੇ ਜਾਣ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।